गुरमुख प्यारे, वाहेगुरु जी का खालसा, वाहेगुरु जी की फतेह जी। वाहेगुरु जी का खालसा, वाहेगुरु जी की फतेह जी। भाई साहब जी, हरप्रीत सिंह मखू अर्ज कर रहे हैं चढ़दी कला चो। बिलकुल, अकाल पुरख वाहेगुरु जी अत्यंत कृपा जी, कृपा चाहिए। अच्छा भाई साहब, आप मुद्दे की गल करते हैं, क्योंकि पिछले दिनों दे विच 9 मैंबरी कमेटी बनी सी जी, जिस 9 मैंबरी कमेटी बंदी सिंघां दी रिहाई लई बनाई गई, उहदे विच तुहाडा भी एक नाम आया सी जी। उस तो बाद 11 मैंबरी बनती है, फिर तुहाडा बयान आया भी सुखबीर बादल नूं बाहर कढ़िया जावे जी। फिर उस तो बाद जिहड़े बादल, दुरुस्त कर दिया थोड़ा जिहा, तुसीं ना सुखबीर सिंह जरूर लाओ, सिंह बादल। अच्छा, सुखबीर सिंह, ठीक है। ਆਪਾਂ ਜਦੋਂ ਵੀ ਕਿਸੇ ਦਾ ਵੀ ਵਿਅਕਤੀ ਦਾ ਨਾਂ ਲੈਣਾ, ਰਿਸਪੈਕਟ ਨਾਲ ਲੈਣਾ, ਜਿਹੜੇ ਸਾਡੇ ਸਿੱਖ ਪੰਥ ਨਾਲ ਰਿਲੇਟਡ ਸਾਡੇ ਮਤਭੇਦ ਹੋ ਸਕਦੇ ਆ ਜੀ, ਵਖਰੇਵੇਂ ਸਾਨੂੰ ਰੋਸ ਹੋ ਸਕਦਾ, ਪਰ ਨਾਂ ਰਿਸਪੈਕਟ ਨਾਲ ਆਪਾਂ ਲੈਣਾ। ਬਿਲਕੁਲ ਜੀ, ਸਤਿਕਾਰਯੋਗ। ਅੱਛਾ, ਸੁਖਬੀਰ ਨਹੀਂ, ਉਹ ਜ਼ਿਆਦਾਤਰ ਤੁਸੀਂ ਅੱਗੇ ਦੇਖੋਗੇ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੁੰਦਾ ਸੀ, ਤੇ ਅੱਜ ਕੱਲ੍ਹ ਤੁਸੀਂ ਵੱਡੇ ਬੋਰਡ ਵੀ ਪੜੋਗੇ ਸੁਖਬੀਰ ਲਿਖਿਆ ਹੁੰਦਾ, ਉਹਦੇ ਵਿੱਚ ਬਾਦਲ ਸ਼ਬਦ ਜਿਹੜਾ ਸਿੰਘ ਸ਼ਬਦ ਹੈ ਬਹੁਤ ਘੱਟ ਮਿਲਦਾ ਆਪਾਂ ਨੂੰ। ਅੱਛਾ ਜੀ, ਹਾਂਜੀ। ਅੱਛਾ, ਮੈਂ ਜਾਣਕਾਰੀ ਇਹ ਲੈਣੀ ਸੀ ਕਿ ਉਸ ਤੋਂ ਬਾਅਦ ਮੈਂ ਦੇਖ ਰਿਹਾ ਸਾਂ ਕਿ ਭਾਈ ਅਮਰਜੀਤ ਸਿੰਘ ਚਾਵਲਾ ਜੋ SGPC ਮੈਂਬਰ ਨੇ, ਉਹਨਾਂ ਦਾ ਅਖਬਾਰ ਦੇ ਵਿੱਚ ਬਹੁਤ ਵੱਡਾ ਬਿਆਨ ਲੱਗਾ। ਉਹ ਕਹਿੰਦੇ ਹਰੇਕ ਪੰਥਕ ਮਸਲੇ ਨੂੰ ਸਾਬੋਤਾਜ ਕਰਨਾ ਤੇ ਪੰਥ ਵਿਰੋਧੀ ਤਾਕਤਾਂ ਦੇ ਹੱਕ ਵਿੱਚ ਭੁਗਤਣਾ, ਕਹਿੰਦੇ ਭਾਈ ਦਾਦੂ ਵਾਲ ਦਾ ਸੁਭਾਅ। ਮੈਂ ਚਾਹਾਂਗਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਭਾਈ ਹਰਪ੍ਰੀਤ ਸਿੰਘ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੰਮ ਆਰੰਭਿਆ ਗਿਆ, ਜਿਹਦੀ ਸਾਰੇ ਪੰਥ ਨੇ, ਕੌਮ ਨੇ ਸ਼ਲਾਘਾ ਕੀਤੀ, ਔਰ ਮੈਂ ਵੀ ਇਸਦੀ ਸ਼ਲਾਘਾ ਕੀਤੀ ਹੈ ਜੀ। ਜਦੋਂ ਉਹਨਾਂ ਇਕੱਠ ਸੱਦਿਆ, ਅਸੀਂ ਬਾਕੀ ਸਾਰੀਆਂ ਗੱਲਾਂ ਨੂੰ ਦਰਕਿਨਾਰ ਕਰਦੇ ਹੋਏ ਉੱਥੇ ਸ਼ਮੂਲੀਅਤ ਕੀਤੀ, ਉੱਥੇ ਸੁਝਾਅ ਤੇ ਸਹਿਯੋਗ ਦਾ ਭਰੋਸਾ ਵੀ ਦਿੱਤਾ, ਜਿਹੜੇ ਵਿਚਾਰ ਸੀ ਉੱਥੇ ਵੀ ਦਿੱਤੇ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਵੀ ਮੌਕੇ ਤੇ ਬੈਠੇ ਸੀ, ਉਹਨਾਂ ਦੇ ਸਾਹਮਣੇ ਦਿੱਤੇ ਸੀਗੇ, ਕੋਈ ਲੁਕ ਛਿਪ ਕੇ ਨਹੀਂ, ਕੋਈ ਓਹਲੇ ਨਹੀਂ, ਮੂੰਹ ਦੇ ਦਿੱਤੇ ਸੀਗੇ ਜਿਹੜੇ ਤੁਸੀਂ ਸੁਣ ਸਕਦੇ ਹਾਂ ਜੀ। ਉਸ ਤੋਂ ਬਾਅਦ ਉਹਨਾਂ ਨੇ 11 ਦਾ ਇਕੱਠ ਸੀ, 16 ਨੂੰ ਕਮੇਟੀ ਅਨਾਊਂਸ ਕੀਤੀ ਸੀ, ਸਰਦਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਬੜੇ ਸਤਿਕਾਰਯੋਗ ਪੜ੍ਹੇ ਲਿਖੇ ਪ੍ਰਧਾਨ ਨੇ, ਅਸੀਂ ਰਿਸਪੈਕਟ ਕਰਦੇ ਹਾਂ ਉਹਨਾਂ ਦੀ, ਔਰ ਉਹਨਾਂ ਨੇ ਉਸ ਕਮੇਟੀ ਵਿੱਚ ਮੈਨੂੰ ਵੀ ਮੈਂਬਰ ਪਾਇਆ ਜੀ, 9 ਮੈਂਬਰੀ ਕਮੇਟੀ ਦੀ ਜੀ। ਔਰ ਉਹਦੇ ਵਿੱਚ ਜਿਹੜਾ ਸੀਗਾ, ਅਗਲੇ ਦਿਨ ਹੀ ਮੈਨੂੰ ਜਿਹੜਾ ਸੀ ਸੱਦਾ ਆਇਆ, ਉਦਣ ਹੀ ਉਹਨਾਂ ਨੇ ਮੀਟਿੰਗ ਕਮੇਟੀ ਬਣਾਈ ਤੇ ਮੀਟਿੰਗ ਕਾਲ ਕਰ ਦਿੱਤੀ, ਔਰ ਮੈਨੂੰ ਸੱਦਾ ਆਇਆ ਸੀਗਾ ਸਰਦਾਰ ਪ੍ਰਤਾਪ ਸਿੰਘ ਨੇ, ਜਿਹੜੇ ਸਕੱਤਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਔਰ ਨਾਲ ਹੀ ਸਰਦਾਰ ਧਾਮੀ ਸਾਹਿਬ ਨਾਲ ਗੱਲ ਹੋਈ ਸੀ, ਔਰ ਉਹਨਾਂ ਨੇ 17 ਨੂੰ ਹੀ 19 ਦਾ ਸੱਦਾ ਜਿਹੜਾ ਸੀ ਉਹ ਦਿੱਤਾ ਸੀਗਾ, ਔਰ ਮੈਂ 19 ਤਰੀਕ ਨੂੰ ਜਦੋਂ ਗਿਆ ਸੀਗਾ, ਔਰ ਪਹਿਲੀ ਮੀਟਿੰਗ ਸੀ, ਔਰ ਉਸ ਮੀਟਿੰਗ ਦੇ ਵਿੱਚ ਮੈਂ ਲਿਖਤੀ ਆਪਣੇ ਜਿਹੜੇ ਸੀਗੇ ਇਤਰਾਜ਼ ਤੇ ਸੁਝਾਅ ਲੈ ਕੇ ਗਿਆ ਸੀਗਾ ਜੀ। ਔਰ ਜਿਸ ਵੇਲੇ ਮੀਟਿੰਗ ਆਰੰਭ ਹੋਈ, ਮੀਟਿੰਗ ਦੇ ਵਿੱਚ ਜਿਹੜੇ ਮੈਂ ਸੁਝਾਅ ਤੇ ਇਤਰਾਜ਼ ਜਿਹੜੇ ਸੀ ਉਹ ਦਿੱਤੇ, ਉਹ ਸਾਰਿਆਂ ਦੇ ਸਾਹਮਣੇ, ਔਰ ਅੱਜ ਉਹਨਾਂ ਦੇ ਉੱਪਰ ਭਾਈ ਅਮਰਜੀਤ ਸਿੰਘ ਚਾਵਲਾ ਬੋਲੇ ਨੇ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜੀ। ਤਾਂ ਮੈਂ ਉਹ ਮੁੱਦੇ ਵਾਲੀ ਗੱਲ ਵਾਲੇ ਪਾਸੇ ਆਉਣਾ ਚਾਹੁੰਦਾ ਕਿ ਦੇਖੋ, ਜਿਹੜੇ ਮੈਂ ਸਵਾਲ ਖੜੇ ਕੀਤੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਤੇ, ਪਹਿਲੀ ਗੱਲ ਤਾਂ ਇਹ ਬਣਦੀ ਹੈ ਕਿ ਉਹਦਾ ਜਵਾਬ ਸਰਦਾਰ ਸੁਖਬੀਰ ਸਿੰਘ ਬਾਦਲ ਦੇਣ, ਆਪਣੇ ਜਿਹੜੇ ਉਹਨਾਂ ਦੇ ਪਿਆਦੇ ਨੇ ਜਾਂ ਉਹਨਾਂ ਦੇ ਅਹੁਦੇਦਾਰ ਨੇ ਜਾਂ ਉਹਨਾਂ ਦੇ ਮੈਂਬਰ ਨੇ, ਉਹਨਾਂ ਤੋਂ ਨਾ ਦਵਾਉਣ ਜੀ, ਵੀ ਸੁਖਬੀਰ ਬਾਦਲ ਆਪ ਜਵਾਬ ਦੇਵੇ, ਖੁਦ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦਾ। ਮੈਂ ਮੀਟਿੰਗ ਦੇ ਦੌਰਾਨ ਵੀ ਉਹਨਾਂ ਨੂੰ ਕਿਹਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਇਹ ਜਿਹੜਾ ਬਰਗਾੜੀ ਕਾਂਡ, ਬੈਦਲ ਕਾਂਡ, ਕੋਟਕਪੂਰਾ ਕਾਂਡ, ਚੌੜ ਸਿੱਧਵਾਂ ਕਾਂਡ, ਲੁਹਾਰਾ ਕਾਂਡ, ਸੌਦਾ ਸਾਧ ਕਾਂਡ, ਇਹਨਾਂ ਦੇ ਜਵਾਬ ਤੁਹਾਨੂੰ ਪੰਥ ਨੂੰ, ਕੌਮ ਨੂੰ ਦੇਣੇ ਪੈਣੇ ਤੇ ਮੀਡੀਆ ਨੂੰ ਵੀ ਦੇਣੇ ਪੈਣੇ ਆ। ਮੈਂ ਕਿਹਾ ਸੀ ਜੇ ਮੈਂ ਕੋਈ ਗੁਨਾਹ ਕਰੂੰ ਤਾਂ ਮੈਨੂੰ ਦੇਣੇ ਪੈਣੇ ਆ, ਜੇ ਤੁਸੀਂ ਕਰੋਗੇ ਤੁਹਾਨੂੰ ਦੇਣੇ ਪੈਣੇ ਆ ਜੀ। ਉਹਨਾਂ ਨੂੰ ਖੁਦ ਚਾਹੀਦਾ ਕਿ ਉਹਦਾ ਉਹ ਜਵਾਬ ਜੋ ਮੈਂ ਸਵਾਲ ਖੜੇ ਕੀਤੇ ਆ ਉਹ ਦੱਸਣ ਉਹਨਾਂ ਦਾ ਉਹਦੇ ਬਾਰੇ ਕੀ ਹੈ, ਔਰ 1-to-1 ਮੇਰੇ ਨਾਲ ਜੇ ਕਿਸੇ ਚੈਨਲ ਤੇ ਬੈਠਣਾ ਸਰਦਾਰ ਸੁਖਬੀਰ ਸਿੰਘ ਬਾਦਲ ਬੈਠ ਲੈਣ, ਜੇ ਕੋਈ ਉਹਨਾਂ ਦੇ ਸਵਾਲ ਆ ਮੈਨੂੰ ਕਹਿ ਦੇਣ, ਮੈਂ ਜਵਾਬ ਦਿਆਂਗਾ, ਔਰ ਜਿਹੜੇ ਮੇਰੇ ਆ, ਔਰ ਇਹ ਮੇਰੇ ਨੀ ਪੂਰੀ ਕੌਮ ਦੇ ਪੰਥ ਦੇ ਆ ਜੀ ਸਵਾਲ ਜਿਹੜੇ ਆ ਉਹਦਾ ਜਵਾਬ ਦੇਣ, ਨੰਬਰ 1। ਨੰਬਰ 2, ਭਾਈ ਚਾਵਲਾ ਸਾਹਿਬ ਜਿਹੜੇ ਆ ਉਹਨਾਂ ਨੇ ਮੇਰੇ ਸਵਾਲਾਂ, ਉਹਨਾਂ ਨੇ ਵੀ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜੋ ਮੈਂ ਖੜੇ ਕੀਤੇ ਆ। ਹਾਂ, ਸਵਾਲਾਂ ਦਾ ਜਵਾਬ ਨਹੀਂ ਦਿੱਤਾ ਉਹਨਾਂ ਤੇ, ਸਿੱਧਾ ਤੁਹਾਡੇ ਤੇ ਕਿਹਾ ਵੀ ਹਰ ਪੰਥਕ ਮਸਲੇ ਨੂੰ ਸਾਬੋਤਾਜ ਕਰਨਾ ਤੇ ਪੰਥ ਵਿਰੋਧੀ ਤਾਕਤਾਂ ਦੇ ਹੱਕ ਦੇ ਵਿੱਚ ਭੁਗਤਣਾ ਭਾਈ ਦਾਦੂ ਵਾਲ ਦਾ ਸੁਭਾਅ, ਇਹਦਾ ਮਤਲਬ ਕਿ ਤੁਹਾਡੇ ਸੁਭਾਅ ਦੇ ਵਿੱਚ ਹੈ ਵੀ ਪੰਥ ਵਿਰੋਧੀ ਤਾਕਤਾਂ ਦੇ ਹੱਥ ਠੋਕੇ ਬਣ ਕੇ ਉਹਨਾਂ ਦੇ ਹੱਥ ਵਿੱਚ ਭੁਗਤਣਾ, ਉਹ ਸਿੱਧਾ ਇਹ ਕਹਿਣਾ ਚਾਹ ਰਹੇ ਨੇ ਤੁਹਾਨੂੰ। ਉਹਨਾਂ ਨੂੰ ਮੈਂ ਇਹੀ ਜਵਾਬ ਜਿਹੜਾ ਨਾ, ਦੇਖੋ ਭਾਈ ਚਾਵਲਾ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਉਹ ਮੇਰੇ ਸਵਾਲਾਂ ਦੇ ਜਵਾਬ ਦੇਣ। ਭਾਈ ਚਾਵਲਾ ਇਹ ਸਿੱਧੇ ਲਫ਼ਜ਼ਾਂ ਚ ਕਹਿ ਰਹੇ ਨੇ
ਸੁਖਬੀਰ ਸਿੰਘ ਬਾਦਲ ਨੂੰ ਪੋਲਿਸ਼ ਮਾਰ ਕੇ ਜਾਂ ਲੀਡਰ ਮੰਨ ਕੇ ਤੁਸੀਂ ਚੁੱਪ ਕਰਕੇ ਅੱਖਾਂ ਮੀਟ ਕੇ ਕਮੇਟੀ ਦਾ ਮੈਂਬਰ ਮੰਨ ਲਓ ਤੇ ਆਗੂ ਮੰਨ ਲਓ, ਜਿਹੜਾ ਕਿ ਮੈਂ ਹਰਗਜ਼ ਨਹੀਂ ਮੰਨਾਂਗਾ। ਮੈਂ ਭਾਈ ਆਪਣਾ ਚਾਵਲਾ ਦਿਆ, ਇਹ ਜਿਹੜਾ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੀਡਰ ਮੰਨਣ ਦਾ ਜਾਂ ਉਹਨੂੰ ਬੇਗੁਨਾਹ ਮੰਨਣ ਦਾ ਜਾਂ ਉਹਨੂੰ ਜਿਹੜਾ ਪੋਲਿਸ਼ ਮਾਰਨ ਦਾ ਕੰਮ ਉਹਨਾਂ ਨੇ ਕੀਤਾ, ਮੈਂ ਇਹਨੂੰ ਨਹੀਂ ਮੰਨਦਾ। ਉਹ ਇਹ ਤਾਂ ਕਹਿ ਰਹੇ ਨੇ ਵੀ ਭਾਈ ਸਰਦਾਰ ਸੁਖਬੀਰ ਸਿੰਘ ਬਾਦਲ ਦੋਸ਼ੀ ਹੈ, ਪਰ ਤੁਸੀਂ ਉਹਨੂੰ ਮੰਨ ਲਓ ਤੇ ਨਾਲ ਬੈਠੋ ਤੇ ਆਹ ਕੰਮ ਕਰੋ। ਠੀਕ ਹੈ ਨਾ, ਉਹ ਇਹ ਕਹਿ ਰਹੇ ਨੇ ਸਰਦਾਰ ਅਮਰਜੀਤ ਸਿੰਘ ਚਾਵਲਾ, ਇਹ ਨਹੀਂ ਕਹਿ ਰਹੇ ਜਿਹੜੇ ਮੇਰੇ ਸਵਾਲ ਖੜੇ ਕੀਤੇ ਉਹਨਾਂ ਦਾ ਜਵਾਬ ਨਹੀਂ ਦੇ ਰਹੇ, ਨੰਬਰ ਇੱਕ। ਨੰਬਰ ਦੋ, ਨੰਬਰ ਦੋ ਇਹ ਹੈ ਕਿ ਭਾਈ ਚਾਵਲਾ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਰਹਿਮੋ ਕਰਮ ਤੇ ਨੇ, ਉਹ ਉਹਨਾਂ ਤੋਂ ਅਹੁਦਾ ਭਾਲਦੇ ਨੇ, ਉਹ ਪ੍ਰਧਾਨਗੀ ਦਾ ਭਾਲਦੇ ਸੀਗੇ। ਚਲੋ ਉਹਨਾਂ ਨੂੰ ਹੁਣ ਸ਼ਾਇਦ ਜਨਰਲ ਸਕੱਤਰੀ ਤੋਂ ਬਾਅਦ ਇਕੱਲੇ ਮੈਂਬਰ ਹੀ ਨੇ, ਉਹ ਸ਼ਾਇਦ ਉਹਨਾਂ ਕੋਲੇ ਪ੍ਰਧਾਨਗੀ ਦਾ ਐਗਜੈਕਟਿਵ ਕੁਛ ਵੀ ਨਹੀਂ ਆ, ਤੇ ਉਹਨਾਂ ਨੂੰ ਇਹ ਹੈ ਕਿ ਸਰਦਾਰ ਬਾਦਲ ਦੀ ਮੈਂ ਚਾਪਲੂਸੀ ਕਰਕੇ ਤੇ ਮੈਂ ਕੋਈ ਅਹੁਦਾ ਲੈ ਲਵਾਂਗਾ ਜੀ। ਉਹਨਾਂ ਤੋਂ ਵੱਡੀ ਬੁਰਕੀ ਭਾਲਦੇ ਨੇ ਇਸ ਬਲਜੀਤ ਸਿੰਘ ਦਾਦੂਵਾਲ ਤੇ ਉੱਤੇ ਬਿਆਨ ਜਾਰੀ ਕਰਕੇ। ਠੀਕ ਹੈ ਨਾ, ਮੈਂ ਮੁਬਾਰਕ ਦਿੰਦਾ ਉਹਨਾਂ ਨੂੰ, ਭਾਈ ਚਾਵਲਾ ਸਾਹਿਬ ਨੂੰ, ਤੇ ਮੈਂ ਵੀ ਸ਼ੁਭਇੱਛਾਵਾਂ ਵੀ ਦਿੰਦਾ ਕਿ ਉਹਨਾਂ ਦੀ ਮਿਹਨਤ ਸਫਲ ਹੋਵੇ, ਸਰਦਾਰ ਬਾਦਲ ਦੀ ਖੁਸ਼ਾਮਦ ਜਿਹੜੀ ਆ ਉਹਨੂੰ ਹਾਸਲ ਕਰ ਲੈਣ। ਸਾਡੀ ਕੌਮ ਦਾ ਦੁਖਾਂਤ ਹੀ ਇਹ ਰਿਹਾ ਮੱਕੂ ਸਾਹਿਬ ਕਿ ਜਦੋਂ ਕੋਈ ਬੰਦਾ ਕਿਸੇ ਗੁਨਾਹਗਾਰ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰਦਾ ਤੇ ਉਹਦੇ ਚਾਪਲੂਸ ਜਿਹੜੇ ਆ ਉਹ ਉਸ ਬੰਦੇ ਤੇ ਹੀ ਹਮਲਾ ਬੋਲ ਦਿੰਦੇ ਆ ਕਿ ਇਹਨੇ ਸਵਾਲ ਖੜੇ ਕਿਉਂ ਕੀਤੇ ਆ। ਠੀਕ ਹੈ ਨਾ, ਸਾਡੀ ਕੌਮ ਦਾ ਦੁਖਾਂਤ ਹੀ ਇਹ ਆ, ਸਾਡੀ ਕੌਮ ਦਾ ਨਿਘਾਰ ਹੀ ਇਹ ਆ, ਅੱਜ ਤੱਕ ਜੋ ਹੋਇਆ ਵਾ ਨਿਘਾਰ ਤੱਕ ਜਿੱਥੋਂ ਤੱਕ ਅਸੀਂ ਚਲੇ ਗਏ ਹਾਂ, ਇਸੇ ਕਾਰਨ ਗਏ ਹਾਂ ਕਿ ਸਾਡੇ ਜਿਹੜੇ ਜਦੋਂ ਵੀ ਕੌਮ ਦੇ ਵਿੱਚ ਕਿਸੇ ਨੇ ਗੁਨਾਹਗਾਰਾਂ ਦੀ ਲਿਸਟ 'ਚ ਖੜਾ ਕੀਤਾ ਗੁਨਾਹਗਾਰਾਂ ਨੂੰ, ਤਾਂ ਉਹਨੂੰ ਹੀ ਘੇਰਨ ਦਾ ਕੰਮ ਸ਼ੁਰੂ ਹੋ ਗਿਆ, ਨਾ ਕਿ ਗੁਨਾਹਗਾਰ ਨੂੰ ਪੁੱਛਿਆ ਗਿਆ। ਭਾਈ ਚਾਵਲਾ ਸਾਹਿਬ ਨੂੰ ਅੱਜ ਚਾਹੀਦਾ ਸੀ, ਦੇਖੋ 99% ਆਫ ਦੀ ਰਿਕਾਰਡ ਮੈਂ ਤੁਹਾਨੂੰ ਇਹ ਕਹਿ ਸਕਦਾ ਵੀ ਬਹੁਤ ਸਾਰੇ 99% ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਇਹਨਾਂ ਸਵਾਲਾਂ ਦੇ ਜਵਾਬ ਮੰਗਦਾ ਜੀ। 99 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਇਹਨਾਂ ਸਵਾਲਾਂ ਦਾ ਜਵਾਬ ਮੰਗਦੇ ਨੇ, ਮੇਰੇ ਮੰਗਦੇ ਕਿ ਮੇਰੇ ਅੰਦਰ ਮੰਗੀ ਜਾਂਦੇ ਨੇ ਕਿ ਕਿੱਥੇ ਮੰਗਦੇ ਨੇ। ਅੰਦਰ ਖਾਤੇ ਉਹਨਾਂ ਤੋਂ ਸਿਰਫ ਇੱਕ ਮਜਬੂਰੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੈ, ਬਹੁਮਤ ਹੈ ਉਸਦਾ, ਉਹਦੇ ਕੋਲ ਤਾਕਤ ਹੈ, ਤੇ ਉਹਨਾਂ ਨੂੰ ਇਹ ਹੈ ਕਿ ਸਾਨੂੰ ਕਿਤੇ ਇਹਦੇ ਤੋਂ ਦਰਕਿਨਾਰ ਨਾ ਕਰ ਦਿੱਤਾ ਜਾਵੇ, ਪਾਸੇ ਨਾ ਕਰ ਦਿੱਤਾ ਜਾਵੇ। ਉਹਨਾਂ ਦੀਆਂ ਮਜ਼ਬੂਰੀਆਂ ਨੇ ਬਹੁਤ ਸਾਰੇ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿਹੜਾ ਵਰਸ਼ਾ ਫੜ ਕੇ ਸੇਵਾਦਾਰ ਖੜਾ ਹੈ ਨਾ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਕਿਤੇ ਵੀ, ਉਹ ਵੀ ਅਣਖ ਤੇ ਗੈਰਤ ਤੇ ਜ਼ਮੀਰ ਰੱਖਦਾ, ਤੇ ਉਹ ਵੀ ਮੇਰੇ ਨਾਲ ਇਹ ਜਿਹੜੇ ਸਵਾਲ ਮੇਰੇ ਨੇ ਉਸਦੇ ਵੀ ਆ, ਉਹ ਸਹਿਮਤ ਹੈ, 101% ਸਹਿਮਤ ਹੈ, ਪਰ ਉਹਦੀ ਮਜ਼ਬੂਰੀ ਹੈ ਕਿ ਉਹਨੇ ਉੱਥੇ ਡਿਊਟੀ ਕਰਨੀ ਹੈ, ਪਰਿਵਾਰ ਪਾਲਣਾ, ਬਹੁਤ ਸਾਰੀਆਂ ਮਜ਼ਬੂਰੀਆਂ ਹੁੰਦੀਆਂ ਨੇ ਮੱਕੂ ਸਾਹਿਬ, ਜਦੋਂ ਪਰਿਵਾਰਾਂ ਦੀਆਂ, ਘਰ ਬਾਹਰ ਦੀਆਂ, ਨੌਕਰੀ ਚਾਕਰੀ ਕਿਵੇਂ ਉਹਨਾਂ ਨੇ, ਉਹ ਵਿਚਾਰੇ ਉੱਥੋਂ ਤੱਕ ਆਏ ਨੇ ਹਨਾ, ਉਹਨਾਂ ਨੇ ਸੇਵਾਦਾਰੀ ਜਾਂ ਅਹੁਦੇਦਾਰੀ ਲਈ ਆ ਹਨਾ, ਤੇ ਇਸ ਕਾਰਨ ਕਰਕੇ ਉਹ ਵਿਚਾਰੇ ਬੋਲ ਨਹੀਂ ਸਕਦੇ, ਪਰ ਉਹ ਮੇਰੇ ਨਾਲ ਸਹਿਮਤ ਨੇ। ਔਰ ਮੈਂ ਇੱਕ ਗੱਲ ਇਹੀ ਕਹਿਣੀ ਚਾਹੁੰਦਾ ਕਿ ਦੇਖੋ ਸਾਡੀ ਕੌਮ ਦਾ ਨਿਘਾਰ ਹੀ ਇਹ ਰਿਹਾ ਕਿ ਜਦੋਂ ਕੋਈ ਗੁਨਾਹਗਾਰ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰਦਾ, ਅਸੀਂ ਉਸ ਨੂੰ ਘੇਰਨ ਲੱਗ ਜਾਂਦੇ ਹਾਂ, ਬਜਾਏ ਕਿ ਸਾਨੂੰ ਗੁਨਾਹਗਾਰ ਨੂੰ ਘੇਰਨਾ ਚਾਹੀਦਾ ਵਾ। ਭਾਈ ਚਾਵਲਾ ਸਾਹਿਬ ਨੇ ਜਿਹੜੇ ਸਵਾਲ ਖੜੇ ਕੀਤੇ ਜਾਂ ਮੇਰੇ ਬਾਰੇ ਉਹਨਾਂ ਨੇ ਕਿਹਾ ਵਾ, ਮੈਂ ਉਹਨਾਂ ਨੂੰ ਸ਼ੁਭਇੱਛਾਵਾਂ ਦਿੰਦਾ ਕਿ ਉਹਨਾਂ ਦੀ ਖੁਸ਼ਾਮਦ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਮਿਹਨਤ, ਉਹਨਾਂ ਦੀ ਚਾਪਲੂਸੀ, ਉਹਨਾਂ ਦੀ ਚਮਚਾਗਿਰੀ ਨੂੰ ਦੇਖ ਕੇ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਅਹੁਦੇ ਨਾਲ ਨਿਵਾਜ ਦੇਣ, ਕਿਉਂਕਿ ਉਹ ਇਹੀ ਚੀਜ਼ ਚਾਹੁੰਦੇ ਆ। ਬਾਕੀ ਮੈਂ ਭਾਈ ਚਾਵਲਾ ਸਾਹਿਬ ਨੂੰ ਕੁਛ ਨਹੀਂ ਕਹਿਣਾ ਚਾਹੁੰਦਾ, ਉਹਦੇ ਬਾਰੇ ਜ਼ਿਆਦਾ ਅਨੰਦਪੁਰ ਸਾਹਿਬ ਦੇ ਇਲਾਕੇ 'ਚ ਤੁਸੀਂ ਉਹਨਾਂ ਬਾਰੇ ਪੁੱਛ ਸਕਦੇ ਆ। ਓਕੇ, ਮੈਂ ਅੱਜ ਕੁਛ ਨਹੀਂ ਕਹਿਣਾ ਚਾਹੁੰਦਾ ਇਸ ਸੰਬੰਧ ਦੇ ਵਿੱਚ। ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਕਿ ਉਹ ਸਰਦਾਰ ਚਾਵਲਾ ਸਾਹਿਬ, ਸਰਦਾਰ ਸੁਖਬੀਰ ਸਿੰਘ ਬਾਦਲ, ਮੈਂ ਛੋਟੀ ਛੋਟੀ ਜਿਹੀ ਗੱਲ ਕਰਦਾ, ਤੁਸੀਂ ਗੱਲ ਕੀਤੀ ਵੀ ਇਲਾਕੇ ਵਿੱਚ ਪੁੱਛਿਆ ਜਾ ਸਕਦਾ ਆ, ਇਹਦਾ ਮਤਲਬ ਕੋਈ ਚੀਜ਼ਾਂ ਤੁਹਾਡੇ ਤੱਕ ਆਈਆਂ ਨੇ? ਮੈਂ ਉਸ ਇਲਾਕੇ ਦੇ ਵਿੱਚ ਇੱਕ ਸਥਾਨ ਦਾ ਪ੍ਰਬੰਧ ਹੈ ਜਿੱਥੇ ਸਾਡੇ ਸਿੰਘ ਕੰਮ ਕਰਦੇ ਆ, ਤੇ ਮੈਂ ਉਸ ਇਲਾਕੇ 'ਚ ਵਿਚਰਿਆ, ਪਿੰਡਾਂ 'ਚ ਪ੍ਰਚਾਰ ਵੀ ਕੀਤਾ ਜੀ ਸ੍ਰੀ ਅਨੰਦਪੁਰ ਸਾਹਿਬ ਦੇ, ਉੱਥੇ ਜਾ ਕੇ ਤੁਸੀਂ ਪੁੱਛ ਲਓ ਵੀ ਕੀ ਕਹਿੰਦੇ ਨੇ ਚਾਵਲਾ ਸਾਹਿਬ ਨੂੰ। ਠੀਕ ਹੈ ਨਾ, ਉੱਥੇ ਜਾ ਕੇ ਪੁੱਛੋ ਵੀ ਉਹਨਾਂ ਦਾ ਵਰਕ ਕੀ ਹੈ, ਹਨਾ ਜੀ, ਔਰ ਜਿਹੜੇ ਉਹਨਾਂ ਦੇ ਨਾਲ ਨੇ ਉਹਨਾਂ ਨੂੰ ਹੀ ਪੁੱਛੋ, ਦੂਜਿਆਂ ਨੂੰ ਨੀ ਕੋਈ ਕਹਿ ਸਕਦਾ। ਵਿਰੋਧੀ ਬੰਦੇ ਆ ਜੀ, ਵਿਰੋਧ ਕਰਨਾ ਇਹਨਾਂ, ਦੂਜੀ ਪਾਰਟੀ ਦੇ ਬੰਦੇ ਆ, ਹਨਾ ਜੀ, ਸ਼੍ਰੋਮਣੀ ਅਕਾਲੀ ਦਲ ਦੇ ਬੰਦਿਆਂ ਨੂੰ ਹੀ ਪੁੱਛੋ ਜਾ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ, ਮੈਂਬਰਾਂ ਨੂੰ, ਉੱਥੇ ਮੁਲਾਜ਼ਮਾਂ ਨੂੰ ਹੀ ਪੁੱਛੋ ਜਾ ਕੇ ਜੀ,
ਤੇ ਸਰਦਾਰ ਚਾਵਲਾ ਸਾਹਿਬ ਇੱਥੇ ਕੀ ਕਰਦੇ ਨੇ ਜਾਂ ਇਹਨਾਂ ਦੀ ਕਾਰਗੁਜ਼ਾਰੀ ਕੀ ਹੈ ਇੱਥੇ, ਰੋਜ਼ਾਨਾ ਕੀ ਕੁਛ ਕਰਦੇ ਨੇ, ਕੀ ਹੁੰਦਾ ਇੱਥੇ ਜਦੋਂ ਆਉਂਦੇ ਨੇ ਲੁਧਿਆਣੇ ਤੋਂ ਇਹ ਚੱਲ ਕੇ ਇੱਥੇ। ਇਸ ਕਾਰਨ ਕਰਕੇ ਮੈਂ ਉੱਧਰ ਨਹੀਂ ਜਾਣਾ ਚਾਹੁੰਦਾ, ਮੈਂ ਸਿਰਫ ਸਰਦਾਰ ਚਾਵਲਾ ਸਾਹਿਬ ਨੂੰ ਇਹੀ ਕਹਿਣਾ ਚਾਹੁੰਦਾ ਵਾ ਕਿ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਮੇਰੇ ਸਵਾਲਾਂ ਦੇ ਜਵਾਬ ਦੇਣ, ਨਾ ਕਿ ਚਾਪਲੂਸੀ ਕਰਕੇ ਸੰਗਤਾਂ ਦਾ ਧਿਆਨ ਡਾਈਵਰਟ ਕਰਨ ਦੀ ਕੋਸ਼ਿਸ਼ ਕਰਨ। ਸੰਗਤਾਂ ਨੇ ਧਿਆਨ ਡਾਈਵਰਟ ਨਹੀਂ ਕਰਨਾ ਜੀ ਜੀ। ਮੈਂ ਇੱਕ ਫੋਨ ਸੁਣਦਾ ਤੇ 10 ਮਿਸ ਹੁੰਦੇ ਆ, ਮੈਂ ਫੋਨ ਨਹੀਂ ਸੁਣ ਪਾਉਂਦਾ। ਇਹਨਾਂ ਸੰਗਤਾਂ ਨੇ ਅੱਜ ਵੀ ਆ ਰਿਹਾ, ਮੀਡੀਆ ਵੀ ਆ ਰਿਹਾ ਇਸ ਚੀਜ਼। ਹਾਂ, ਜਾਤੀ ਰੰਜਿਸ਼ ਰੱਖਣ ਵਾਲੇ ਮੇਰੇ ਨਾਲ, ਨਿੱਜੀ ਰੰਜਿਸ਼ ਰੱਖਣ ਵਾਲੇ, ਜਾਂ ਕੋਈ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਖੁਸ਼ਾਮਦ ਕਰਕੇ ਕੋਈ ਅਹੁਦੇ ਲੈਣ ਵਾਲੇ ਤਾਂ ਇਸਦਾ ਵਿਰੋਧ ਕਰ ਸਕਦੇ, ਬਾਕੀ ਸਾਰਾ ਪੰਥ, ਸਾਰੀ ਕੌਮ ਇਸ ਮੇਰੇ ਸਵਾਲਾਂ ਦੇ ਨਾਲ 101% ਐਗਰੀ ਆ ਜੀ। ਬਿਲਕੁਲ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਤੇ ਤੁਹਾਡੇ ਜਿਹੜੇ ਸਵਾਲ ਨੇ ਜਦੋਂ ਕਿਸੇ ਨੇ ਜਵਾਬ ਦਿੱਤੇ ਸਾਨੂੰ ਜ਼ਰੂਰ ਦੱਸਿਆ ਜੇ, ਤਾਂ ਕਿ ਅਸੀਂ ਉਹ ਵੀ ਚੀਜ਼ਾਂ ਜਨਤਕ ਕਰਾਂਗੇ ਜੀ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ।